ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, SHSG ਕੇਅਰ ਸੈਂਟਰ ਮਦਨਹੇੜੀ ਜ਼ਿਲ੍ਹਾ ਮੋਹਾਲੀ ਦੇ ਵਿੱਚ ਖੜ੍ਹੇ ਹਾਂ, ਨਵੀਂ ਬਿਲਡਿੰਗ ਦੇ ਵਿੱਚ ਸ਼ਿਫਟ ਕਰ ਚੁੱਕੇ ਹਾਂ। ਬਾਹਰ ਆਕਸੀਜਨ ਦੀ ਮਸ਼ੀਨਾਂ ਦੀ ਸੇਵਾ ਲਗਾਤਾਰ ਚੱਲ ਰਹੀ ਹੈ, ਆਕਸੀਜਨ ਸਿਲੰਡਰਾਂ ਦੀ ਲਗਾਤਾਰ ਚੱਲ ਰਹੀ ਹੈ, ਇਸ ਤੋਂ ਇਲਾਵਾ ਕਈ ਪ੍ਰਕਾਰ ਦੀ ਸੇਵਾਵਾਂ ਲਗਾਤਾਰ ਚੱਲ ਰਹੀਆਂ। ਕੱਲ੍ਹ ਕਸ਼ਮੀਰ ਦੀ ਭੈਣ ਠੀਕ ਹੋ ਕੇ ਵਾਪਸ ਗਈ ਹੈ। ਇਹਨਾਂ ਸਾਰਾ ਸੇਵਾਵਾਂ ਦਾ ਜੋ ਸ਼ਬਦ ਹੈ ਉਹ ਤੁਸੀਂ ਅੱਗੇ ਪਹੁੰਚਾਉਣਾ ਹੈ, ਆਪਣੇ ਸ਼ੇਅਰ ਦੀ ਵੈਲਿਊ ਜ਼ਰੂਰ ਸਮਝਿਓ। ਤੁਸੀਂ ਚਾਹੇ ਯੂਟਿਊਬ 'ਤੇ ਦੇਖ ਰਹੇ ਹੋ, ਫੇਸਬੁੱਕ, ਇੰਸਟਾ ਜਾਂ ਫਿਰ ਵਟਸਐਪ 'ਤੇ ਦੇਖ ਰਹੇ ਹੋ, ਪਲੀਜ਼ ਇਹਨਾਂ ਨੂੰ ਸ਼ੇਅਰ ਕਰਕੇ ਬਹੁਤ ਸਾਰੇ ਮਰੀਜ਼ਾਂ ਦੀ, ਬਹੁਤ ਸਾਰੇ ਇੱਦਾਂ ਦੇ ਲੋੜਵੰਦ ਲੋਕ ਜਿਨ੍ਹਾਂ ਨੂੰ ਆਕਸੀਜਨ ਮਸ਼ੀਨਾਂ ਦੀ ਲੋੜ ਹੈ, ਉਹਨਾਂ ਦੀ ਜ਼ਿੰਦਗੀਆਂ ਬਚਾਉਣ ਦੇ ਵਿੱਚ ਸਿੱਧਾ ਸਹਿਯੋਗ ਕਰੋਗੇ, ਕਿਉਂਕਿ ਤੁਹਾਡੇ ਸ਼ੇਅਰ ਕੀਤੇ ਵੀਡੀਓਜ਼ ਹੀ ਲਗਾਤਾਰ ਅੱਗੇ ਪਹੁੰਚ ਰਹੇ ਨੇ ਔਰ ਲੋਕ ਇੱਥੇ ਆਕਸੀਜਨ ਦੀ ਮਸ਼ੀਨਾਂ ਲੈਣ ਆ ਰਹੇ ਨੇ। ਸਮਾਣੇ ਤੋਂ ਆਏ ਨੇ ਇਸ ਟਾਈਮ ਇਹ, ਇਹਨਾਂ ਨੇ ਵੀ ਤੁਹਾਡੇ ਸ਼ੇਅਰ ਕੀਤਾ ਵੀਡੀਓਜ਼ ਹੀ ਦੇਖਿਆ ਹੋਣਾ ਸ਼ਾਇਦ। ਭਾਈ ਸਾਹਿਬ, ਤੁਹਾਨੂੰ ਕਿਵੇਂ ਜਾਣਕਾਰੀ ਮਿਲੀ ਕਿ ਅਸੀਂ ਇੱਥੇ ਆਕਸੀਜਨ ਦੀ ਮਸ਼ੀਨਾਂ ਦੀ ਸੇਵਾ ਵੀ ਚੱਲਦੀ ਹੈ? ਇਹ ਬ੍ਰਦਰ ਮੇਰੇ ਨੇ ਦੇਖਿਆ ਸੀ ਮੋਬਾਈਲ ਵਿੱਚ, ਹੈ ਨਾ? ਹਾਂਜੀ ਹਾਂਜੀ। ਤੁਹਾਡੇ ਸ਼ੇਅਰ ਕੀਤੇ ਵੀਡੀਓਜ਼ ਪਹੁੰਚ ਰਹੇ ਹੈ, 40% ਪੇਸ਼ੈਂਟ ਦਾ ਲੰਗ ਕੰਮ ਕਰਦਾ, 1,10,000 ਰੁਪਏ ਦੀ ਮਸ਼ੀਨ ਹੈ, ਬਹੁਤ ਜਗ੍ਹਾ ਮਿਲਦੀ ਨਹੀਂ ਹੈਗੀ, ਪਤਾ ਨਹੀਂ ਹੈ ਪੇਸ਼ੈਂਟ ਨੂੰ ਮਿਲਣੀ ਕਿੱਥੋਂ ਹੈ, ਇਹ ਇੱਕ ਬਹੁਤ ਵੱਡੀ ਪਰੇਸ਼ਾਨੀ ਹੈ। ਲੇਕਿਨ ਜਦ ਤੁਸੀਂ ਵੀਡੀਓ ਸ਼ੇਅਰ ਕਰਕੇ ਲੋਕਾਂ ਤੱਕ ਪਹੁੰਚਾਉਂਦੇ ਹੋ ਨਾ, ਤਾਂ ਉੱਥੇ ਬਹੁਤ ਸਾਰੀ ਜ਼ਿੰਦਗੀਆਂ ਬਚਾਉਣ ਦੇ ਵਿੱਚ ਸਹਿਯੋਗ ਚੱਲਦਾ। ਇਹ ਟੋਟਲੀ ਫਰੀ ਆਫ ਕੋਸਟ ਸੇਵਾ ਚੱਲਦੀ ਹੈ, ਰਿਫੰਡੇਬਲ ਸਿਕਿਉਰਿਟੀ ਹੈ ਭਾਈ ਸਾਹਿਬ, ਉਹ ਸਿਕਿਉਰਿਟੀ ਵੀ ਤਾਂ ਰੱਖੀ ਗਈ ਹੈ ਕਿਉਂਕਿ ਲੋਕਾਂ ਨੇ ਨਾ ਮਸ਼ੀਨਾਂ ਲਿਜਾ ਕੇ ਵੇਚਣੀਆਂ ਸ਼ੁਰੂ ਕਰਤੀਆਂ ਸਾਡੇ ਤੋਂ, ਹੈ ਨਾ। ਬਟ ਹਾਂ, ਕੋਈ ਬਹੁਤ ਜ਼ਿਆਦਾ ਡੇਲੀ ਵੇਜ ਜਾਂ ਗਰੀਬ ਮਾਤਰਾ ਆਉਂਦਾ ਜੋ ਸਿਕਿਉਰਿਟੀ ਨਹੀਂ ਵੀ ਦੇ ਸਕਦਾ, ਫਿਰ ਅਸੀਂ ਉਹਨਾਂ ਨੂੰ ਬਿਨਾਂ ਸਿਕਿਉਰਿਟੀ ਤੋਂ ਵੀ ਦਿੰਦੇ ਹਾਂ ਜਾਂ ਲੈਸ ਸਿਕਿਉਰਿਟੀ ਤੋਂ ਵੀ ਦਿੰਦੇ ਹਾਂ। ਸੋ ਸਿਕਿਉਰਿਟੀ ਦਾ ਪਰਪਸ ਇਹ ਹੁੰਦਾ, ਅਦਰਵਾਈਜ਼ ਇਹ ਟੋਟਲੀ ਫਰੀ ਆਫ ਕੋਸਟ ਸੇਵਾ ਅਕਾਲ ਪੁਰਖ ਦੀ ਸੰਗਤ ਚਲਾ ਰਹੀ ਹੈ। ਇਸ ਟਾਈਮ ਸਰਵਮੈਂਟਰੀ ਸੈਂਟਰ ਖੜ੍ਹੇ ਆ ਔਰ ਪ੍ਰਸ਼ਾਦਿਆਂ ਦਾ ਵੇਲਾ ਹੋਇਆ ਹੋਇਆ। ਪ੍ਰਸ਼ਾਦਾ ਛੱਕ ਰਹੇ ਹੋ ਕਿ ਛੱਕ ਲਿਆ? ਛੱਕ ਲਿਆ ਨਾ, ਕਈ ਵੀਰ ਉਹਨੀ ਪ੍ਰਸ਼ਾਦਾ ਛੱਕ ਰਹੇ ਨੇ ਜਾਂ ਛੱਕ ਚੁੱਕੇ ਨੇ, ਹੈ ਨਾ। ਸੋ ਦੁਪਹਿਰ ਦਾ ਵੇਲਾ, ਲਗਾਤਾਰ ਕੁਛ ਸੇਵਾਵਾਂ ਪੈਂਡਿੰਗ ਨੇ। 4 ਤਰੀਕ ਨੂੰ ਔਫਿਸ਼ਲ ਓਪਨਿੰਗ ਹੈ, ਸੰਗਤ ਰੂਪ ਦੇ ਵਿੱਚ ਸੁਖਮਨੀ ਸਾਹਿਬ ਦਾ ਪਾਠ ਔਰ ਕੀਰਤਨ ਹੋਣ ਲੱਗਿਆ, ਔਰ ਰਤਵਾੜਾ ਸਾਹਿਬ ਵਾਲੇ ਬਾਬਾ ਹਰਪਾਲ ਜੀ ਵੀ ਆਪਣੇ ਚਰਨ ਪਾਉਣ ਲੱਗੇ ਨੇ। ਸਭ ਤੋਂ ਵੱਡੀ ਜੋ ਮਹਿਮਾ ਹੈਗੀ ਹੈ ਤੁਹਾਡੀ ਸੰਗਤ ਦੀ ਹੈ। ਸੋ ਆਪਣੀ ਇਹ ਸੰਸਥਾ ਹੈ, ਆਪਣੀ ਮੂਵਮੈਂਟ ਹੈ, ਭੁੱਲਿਓ ਨਾ 4 ਤਰੀਕ ਨੂੰ, ਹੈ ਨਾ। ਸਾਰਿਆਂ ਨੂੰ ਓਪਨ ਸੱਦਾ, ਬਹੁਤ ਸਾਰੇ ਤੁਹਾਡੇ ਵਿੱਚੋਂ ਜੋ ਵੀਡੀਓਜ਼ ਦੇਖ ਰਹੇ ਨੇ ਉਹਨਾਂ ਨੇ ਸੇਵਾਵਾਂ ਦਾ ਲਾਭ ਉਠਾਇਆ, ਅਤੇ ਉਹਨਾਂ ਨੂੰ ਵੀ ਹੱਥ ਜੋੜ ਕੇ ਬੇਨਤੀ ਹੈ, ਕਿਰਪਾ ਕਰਕੇ ਜ਼ਰੂਰ ਆਓ, ਹੈ ਨਾ। ਸੇਵਾ ਦੇ ਵਿੱਚ ਹੱਥ ਵੀ ਵਟਾਓ ਔਰ ਪਾਰਟੀਸਪੇਟ ਵੀ ਕਰੋ, ਹੈ ਨਾ। ਤਾਂ ਆਪਣੀ ਹਾਜ਼ਰੀ ਵੀ ਭਰੋ 4 ਤਰੀਕ ਨੂੰ, ਹੈ ਨਾ। ਉਸ ਤੋਂ ਇਲਾਵਾ ਛੋਟੀ ਛੋਟੀ ਕਈ ਸੇਵਾਵਾਂ ਚੱਲ ਰਹੀਆਂ ਨੇ, ਬਹੁਤ ਸਾਰੇ ਵੀਰ ਭੈਣ ਕੋਈ 1 ਦਿਨ ਦੀ ਹਾਜ਼ਰੀ ਭਰ ਕੇ ਜਾ ਰਿਹਾ, ਕੋਈ 2 ਦਿਨ ਦੇ ਵਿੱਚ ਸੇਵਾ ਨਿਭਾ ਕੇ ਜਾ ਰਿਹਾ, ਅੱਡ ਤਰੀਕੇ ਨਾਲ ਨਿਭਾ ਰਹੇ ਨਾ। ਸਾਨੂੰ ਸਾਰਿਆਂ ਦੇ ਸਾਥ ਦੀ ਲੋੜ ਹੈ, ਅਸੀਂ 2-4 ਬੰਦੇ 5-10 ਬੰਦੇ ਨਹੀਂ ਕਰ ਸਕਦੇ, ਕਾਫੀ ਸਾਰੇ ਵੱਡੇ ਟਾਸਕ ਪੈਂਡਿੰਗ ਨੇ ਜੋ ਕਿ ਲਗਾਤਾਰ ਚੱਲ ਰਹੇ ਨੇ, ਹੈ ਨਾ। ਬੱਲਬ ਨਹੀਂ ਹੈਗੇ, ਪੱਖੇ ਲੱਗਣੇ ਇੱਥੇ ਕਰੀਬਨ 85 ਪੱਖਿਆਂ ਦੀ ਸੇਵਾ ਹੈ, ਗਰਮੀਆਂ ਆਉਣ ਤੋਂ ਪਹਿਲਾਂ ਲੱਗਣੀ ਹੈ, ਕਈ LEDs ਲੱਗਣੀਆਂ ਨੇ ਵੱਡੀਆਂ। ਸੋ ਇਸ ਤਰੀਕੇ ਦੀ ਅੱਡ ਸੇਵਾਵਾਂ ਨੇ, ਤੁਸੀਂ ਅੱਡ ਸੇਵਾ ਦੇ ਵਿੱਚ ਸਾਥ ਨਿਭਾ ਸਕਦੇ ਹੋ। ਰਾਸ਼ਨ ਦੀ ਸੇਵਾ ਹੋਵੇ, ਚਾਹੇ ਇੱਥੇ ਬਹੁਤ ਹਿਊਜ ਕੁਆਂਟਿਟੀ ਦੇ ਵਿੱਚ ਰਾਸ਼ਨ ਦੀ, ਦਾਲਾਂ ਦੀ, ਆਟੇ ਦੀ ਸੇਵਾ ਚੱਲਣੀ ਹੈ। ਸੋ ਛੋਟੇ ਕੰਮ ਲਗਾਤਾਰ ਚੱਲ ਰਹੇ ਨੇ, ਹਾਲਾਂਕਿ ਫੰਕਸ਼ਨਿੰਗ ਹੋ ਚੁੱਕੀ ਹੈ ਇੱਥੇ ਹੁਣ, ਇੱਕ ਫਲੋਰ ਮੈਟਿੰਗ ਦੀ ਸੇਵਾ, ਅੰਦਰ ਨਾ ਜਾਇਓ ਭੈਣ ਜੀ, ਅੰਦਰ ਨਾ ਜਾਇਓ। ਸੋ ਇਹ ਸੇਵਾ ਚੱਲ ਰਹੀ ਹੈ, ਹਾਲਾਂਕਿ ਪੇਸ਼ੈਂਟ ਆਪਾਂ ਸਾਰੇ ਸ਼ਿਫਟ ਕਰ ਚੁੱਕੇ ਹਾਂ। ਉੱਪਰ ਫਿਜ਼ੀਓਥੈਰੇਪੀ ਦੀ ਸੇਵਾ ਟੋਟਲੀ ਫਰੀ ਆਫ ਕੋਸਟ ਕਰਨੀ ਹੈ, ਉਹ ਵੀ ਸੰਗਤ ਰੂਪ 'ਚ ਤੁਸੀਂ ਇਕੱਠੇ ਰਲ ਮਿਲ ਕੇ ਚਲਾਉਣੀ ਹੈ ਜੀ।
ਸੋ ਬਹੁਤ ਬਹੁਤ ਧੰਨਵਾਦ ਆ ਸਾਰੀ ਸੰਗਤ ਲਗਾਤਾਰ ਸਪੋਰਟ ਕਰਦੀ ਹੈ ਔਰ ਮੈਂ ਜਾਣਦਾ ਤੁਸੀਂ ਵੀਡੀਓ ਦੇਖਦੇ ਹੋਏ ਲਗਾਤਾਰ ਸ਼ੇਅਰ ਕਰ ਰਹੇ ਸੋ ਬਹੁਤ ਬਹੁਤ ਧੰਨਵਾਦ ਆ ਤੁਹਾਡਾ ਚਾਹ ਰਿਹਾ ਔਰ ਬਦਲ ਰਿਹਾ ਕਿਆ ਨਾਮ ਵੀਰ ਆਪਣਾ ਸਤਨਾਮ ਸਿੰਘ ਪ੍ਰਸ਼ਾਦਾ ਛਕ ਲਿਆ ਕਿ ਛਕ ਰਹੇ ਹੋ ਹਾਂ ਕਿੱਥੋਂ ਆਏ ਸੀਗੇ ਝਬਾਲ ਤੋਂ ਜ਼ਿਲ੍ਹਾ ਤਰਨ ਤਾਰਨ ਤੋਂ ਹੈ ਨਾ ਬੜੀ ਬੁਰੀ ਹਾਲਤ 'ਚੋਂ ਆਏ ਸੀ ਹੁਣ ਕਿਵੇਂ ਆ ਬਹੁਤ ਫਰਕ ਹੈ ਜ਼ਖਮ ਦੇਖੇ ਕਿੰਨਾ ਕੁ ਫਰਕ ਪੈ ਚੁੱਕਿਆ ਹਾਂਜੀ ਜੀ ਬਹੁਤ ਵਧੀਆ ਅੱਗੇ ਭਾਈ ਕਾਲਾਪਨ ਸੀ ਹੁਣ ਲਾਲਪਨ ਹੋ ਗਿਆ ਮੁੰਡਾ ਖੂਨ ਸਰਕਲ ਕਰਦਾ ਚੱਲ ਪਿਆ ਥੋੜ੍ਹੀ ਬਹੁਤ ਜਾਣਕਾਰੀ ਮਿਲਣੀ ਸ਼ੁਰੂ ਹੋਈ ਆਪਣੀ ਸੱਟ ਬਾਰੇ ਸਮਝ ਆ ਰਹੀ ਹੈ ਹੁਣ ਹਾਂਜੀ ਹਾਂਜੀ ਸਮਝ ਆਉਣੀ ਹੈ ਜਾਣਕਾਰੀਆਂ ਦੀ ਖੇਡ ਹੈ ਸਤਨਾਮ ਸਿੰਘ 3 ਸਾਲ ਤੋਂ ਪਏ ਸੀਗੇ ਹਾਂਜੀ 3 ਸਾਲ ਤੋਂ ਬੜੀ ਭਿਆਨਕ ਅਵਸਥਾ 'ਚ ਪਿਆ ਸੀ ਤੁਸੀਂ ਵੀਡੀਓ ਜ਼ਰੂਰ ਦੇਖਿਆ 15-20 ਦਿਨ ਤੁਸੀਂ ਕਰਦੇ ਰਹੋ ਆਪਣੇ ਕੰਮ ਕਰਦੇ ਰਹੋ ਹਾਂਜੀ ਛਕਾਓ ਬਾਈ ਆਪਣੇ ਕੰਮ ਕਰਦੇ ਰਹੋ ਇਹ ਬੱਚਾ ਆਪਣੀ ਮੰਮੀ ਨਾਲ ਆਇਆ ਸੀਗਾ ਬੜੀ ਭਿਆਨਕ ਅਵਸਥਾ ਦੇ ਵਿੱਚ ਆਇਆ ਸੀ ਜੇ ਤੁਹਾਨੂੰ ਯਾਦ ਹੋਵੇ ਮੈਂ ਸ਼ਾਇਦ ਤੁਹਾਨੂੰ ਵੀਡੀਓ ਦਾ ਦਿਖਾਉਂਦਾ ਬਹੁਤ ਹੀ ਭਿਆਨਕ ਹਾਲਾਤ 'ਚ ਆਇਆ ਸੀ ਇਹਦੀ ਪੂਰੀ ਲੱਤ ਇੱਥੋਂ ਟੋਟਲੀ ਹੱਡੀ ਸੀਗੀ ਤੁਹਾਨੂੰ ਯਾਦ ਹੋਣਾ ਬਿਲਕੁਲ ਯਾਦ ਹੋਣਾ ਕਿਹੜੇ ਹਾਲਾਤਾਂ 'ਚ ਆਇਆ ਸੀਗਾ ਨਾ ਨੰਗਲ ਤੋਂ ਲੈ ਕੇ ਆਇਆ ਸੀ ਮਾਤਾ ਨੂੰ ਹਾਲਾਂਕਿ ਇੱਥੋਂ ਹੁਣ ਲੱਤ ਕੱਟ ਚੁੱਕੀ ਹੈ ਇਹਨਾਂ ਦੀ ਠੀਕ ਨੇ ਐਂਪੂਟੇਟ ਹੋ ਚੁੱਕੀ ਹੈ ਸੋ ਪ੍ਰਸ਼ਾਦੇ ਪਾਣੀ ਦੀ ਸੇਵਾ ਚੱਲ ਰਹੀ ਹੈ ਸਾਰਾ ਕੁਝ ਚੱਲ ਰਿਹਾ ਵੀਡੀਓ ਸ਼ੇਅਰ ਕਰਦੇ ਰਹੋ ਬਹੁਤ ਇੰਪੋਰਟੈਂਟ ਸੇਵਾ ਹੈ ਆਪਣੇ ਸ਼ੇਅਰ ਦੀ ਵੈਲਿਊ ਜ਼ਰੂਰ ਸਮਝਿਓ ਬਹੁਤ ਜ਼ਿੰਦਗੀਆਂ ਬਚਾਈਆਂ ਔਰ ਬਦਲੀਆਂ ਜਾ ਰਹੀਆਂ ਤੁਹਾਨੂੰ ਨਹੀਂ ਸ਼ਾਇਦ ਇਸ ਗੱਲ ਦਾ ਅਹਿਸਾਸ ਹੋਏਗਾ ਔਨਲਾਈਨ ਤੁਸੀਂ ਕਿੱਡੀ ਵੱਡੀ ਸੇਵਾ ਨਿਭਾ ਰਹੇ ਹੋ ਇਹ ਬਿਲਕੁਲ ਨਾ ਭੁੱਲਿਓ ਗੁਰਪ੍ਰਤਾਪ ਕਿੱਦਾਂ ਠੀਕ ਹੈ ਚਲੋ ਬਹੁਤ ਵਧੀਆ ਇਹ ਵੀਰੂਣੀ ਹੈਗੇ ਆ ਲੋਕਾਂ ਨੂੰ ਲੱਗਦਾ ਮੈਂ ਇਕੱਲਾ ਕਰਦਾ ਮੇਰੀ ਸ਼ਕਲਾਂ ਨੇ ਜ਼ਿਆਦਾ ਅਦਰਵਾਈਜ਼ ਸਾਰੇ ਲੋਕ ਆਪਣੇ ਆਪਣੇ ਹਿੱਸੇ ਦੀ ਸੇਵਾ ਪਾਉਂਦੇ ਆ ਹੱਥ ਲਾਉਂਦੇ ਆ ਤਾਂ ਜਾ ਕੇ ਇਹ ਸਿਸਟਮ ਚੱਲ ਪਾਉਂਦਾ ਹੈ ਹਰੇਕ ਦੀ ਆਪਣੀ ਬਹੁਤ ਬਹੁਤ ਸਹਿਯੋਗ ਹੈ ਬਹੁਤ ਬਹੁਤ ਧੰਨਵਾਦ ਆ ਸਾਰਿਆਂ ਦਾ ਇਕੱਠੇ ਹੋ ਕੇ ਕਰ ਪਾਉਂਦੇ ਹਾਂ ਇਹ ਇੱਥੇ ਇੱਕ ਵੱਡੀ ਕਿਚਨ ਦੀ ਉਸਾਰੀ ਕੀਤੀ ਗਈ ਹੈ ਸੋ ਇਹ ਕਿਵੇਂ ਬੰਦ ਹੁੰਦਾ ਬਹੁਤ ਧੰਨਵਾਦ ਹੈ ਇੱਥੇ ਵੱਡੇ ਵੱਡੇ ਕੁੱਕਰਾਂ ਦੇ ਵਿੱਚ ਤੁਸੀਂ ਅੰਦਰ ਆਏ ਹੋ ਕਿਚਨ ਦੇ ਵਿੱਚ ਬਹੁਤ ਵੱਡੇ ਵੱਡੇ ਕੁੱਕਰਾਂ ਦੇ ਵਿੱਚ ਦਾਲ ਵਗੈਰਾ ਸਭ ਬਣਦੀਆਂ ਨੇ ਹੈ ਨਾ ਲੋਕ ਪੁੱਛਦੇ ਆ ਅਸੀਂ ਕਿਵੇਂ ਸੇਵਾ ਸਹਿਯੋਗ ਕਰ ਸਕਦੇ ਮਾਤਾ ਜੀ ਬੰਦ ਕਰੋ ਇੱਕ ਮਿੰਟ ਅਤੇ ਲੋਕ ਪੁੱਛਦੇ ਕਿਵੇਂ ਅਸੀਂ ਸੇਵਾ ਦੇ ਵਿੱਚ ਹਿੱਸਾ ਪਾ ਸਕਦੇ ਹਾਂ ਤੁਸੀਂ ਦਾਲਾਂ ਦੇ ਵਿੱਚ ਹਿੱਸਾ ਪਾ ਸਕਦੇ ਹੋ ਤੁਸੀਂ ਚੌਲ ਦੇ ਵਿੱਚ ਪ੍ਰਸ਼ਾਦੇ ਪਾਣੀ ਦੇ ਵਿੱਚ ਹੈ ਨਾ ਇੱਥੇ ਬਹੁਤ ਹਿਊਜ ਕੁਆਂਟਿਟੀ ਦੇ ਵਿੱਚ ਬਣਦਾ ਨਾ ਇਹ ਇਸ ਸੇਵਾ ਦੇ ਵਿੱਚ ਜ਼ਰੂਰ ਹਿੱਸਾ ਪਾਓ ਬਹੁਤ ਲੋੜ ਹੈ ਨਾ ਬਹੁਤ ਲੋੜ ਹੈ ਬਹੁਤ ਸਾਰੇ ਵੀਰ ਭੈਣ ਪਾਉਂਦੇ ਵੀ ਹੈ ਦਵਾਈਆਂ ਦੀ ਪੱਟੀਆਂ ਦੀ ਡਰੈਸਿੰਗ ਮਟੀਰੀਅਲ ਦੀ ਕਿਸ ਚੀਜ਼ ਦੀ ਜ਼ਰੂਰਤ ਨਹੀਂ ਹੈ ਤੁਸੀਂ ਆ ਕੇ ਹੁਣ ਲੋਕ ਮੇਰੀ ਵੇਟ ਕਰਦੇ ਕਿ ਮੈਂ ਉਹਨਾਂ ਨੂੰ ਫੋਨ ਕਰਕੇ ਕਿਹਾ ਨਾ ਵਾਹਿਗੁਰੂ ਤੁਹਾਨੂੰ ਇਹੀ ਬੇਨਤੀਆਂ ਨੇ ਪਲੀਜ਼ ਆਪਣਾ ਤੁਸੀਂ ਫੋਨ ਕਰੋ ਆਪਣਾ ਬਜਟ ਦੱਸੋ ਮੈਂ ਤੁਹਾਨੂੰ ਸੇਵਾ ਦੱਸਦਾ ਤੁਸੀਂ ਇਨ ਕਾਇੰਡ ਇੱਥੇ ਆ ਕੇ ਆਪ ਸੇਵਾ ਕਰੋ ਆਪ ਅਸੀਸਾਂ ਲਓ ਹੈ ਨਾ ਸੋ ਆਪ ਤੁਹਾਨੂੰ ਦਿਖਾਉਂਦਾ ਇੱਥੇ ਪ੍ਰਸ਼ਾਦੇ ਦੀ ਸੇਵਾ ਚੱਲ ਰਹੀ ਆ ਇਹ ਇਕੱਠੇ ਇੱਥੇ ਆਪਾਂ ਸਾਰੇ ਸੰਗਤ ਰੂਪ 'ਚ ਵਿੱਚ ਬੈਠ ਕੇ ਸਰਦੀਆਂ ਦਾ ਵੇਲਾ ਹੈ ਨਾ ਸਾਰਿਆਂ ਦੀ ਪ੍ਰਸ਼ਾਦਾ ਬਣ ਰਿਹਾ ਔਰ ਮਿਸਤਰੀ ਸਾਹਿਬ ਛੱਕ ਵੀ ਰਹੇ ਹਾਂ ਸਾਡੇ ਸੋ ਜਦ ਤੁਸੀਂ ਪਹਿਲੀ ਵਾਰ ਆਏ ਸੀਗੇ ਇੱਥੇ ਕਿਵੇਂ ਤੁਹਾਨੂੰ ਕਿਵੇਂ ਚੱਲਿਆ ਸੀ ਪਤਾ ਮੈਨੂੰ ਫੇਸਬੁੱਕ ਰਾਹੀਂ ਪਤਾ ਚੱਲਿਆ ਜੀ ਫੇਸਬੁੱਕ ਰਾਹੀਂ ਮੈਂ ਤਾਂ ਹੀ ਕਹਿ ਰਿਹਾ ਜਦ ਤੁਸੀਂ 2019 ਪਤਾ ਨਹੀਂ 20 'ਚ ਆਏ ਸੀਗੇ ਨਾ 20 'ਚ ਆਏ ਸੀਗੇ ਨਾ ਉਸ ਟਾਈਮ ਬਿਲਕੁਲ ਨਹੀਂ ਪਤਾ ਸਪਾਈਨਲ ਕੋਰਡ ਇੰਜਰੀ ਬਾਰੇ ਹਜ਼ਾਰਾਂ ਨਹੀਂ ਲੱਖਾਂ ਯਾਨੀ ਕਿ 2 ਲੱਖ ਤੋਂ ਉੱਪਰ ਪੇਸ਼ੈਂਟ ਸਿਰਫ ਪੰਜਾਬ 'ਚ ਪਿਆ ਹਾਲੇ ਆ ਹੋਰ ਸਟੇਟਾਂ ਦੀ ਤਾਂ ਗੱਲ ਹੀ ਛੱਡ ਦਿਓ ਹਰਿਆਣੇ ਔਰ ਸਪੈਸ਼ਲੀ ਹਿੱਲੀ ਸਟੇਟ ਦੇ ਵਿੱਚ ਤਾਂ ਇੰਨਾ ਜ਼ਿਆਦਾ ਪੇਸ਼ੈਂਟ ਪਿਆ ਨਾ ਕਸ਼ਮੀਰ ਉੱਤਰਾਖੰਡ ਹਿਮਾਚਲ ਵੱਲ ਉਹ ਸ਼ਬਦ ਤੁਸੀਂ ਪਹੁੰਚਾਉਣਾ ਹੈ ਉੱਥੇ ਉੱਥੇ ਪਹੁੰਚਾਉਣਾ ਬਹੁਤ ਜ਼ਰੂਰੀ ਹੈ ਨਾ ਸੋ ਇਹੀ ਬੇਨਤੀਆਂ ਨੇ ਜ਼ਰੂਰ ਉੱਥੇ ਸ਼ਬਦ ਪਹੁੰਚਾਉਣ ਦੀ
ਕਿਰਪਾਲਤਾ ਕਰੋ, ਮਦਦ ਕਰੋ ਸਾਡੀ ਪਲੀਜ਼, ਹੈ ਨਾ, ਬਹੁਤ ਜ਼ਰੂਰੀ ਸੇਵਾ ਹੈ। ਫੋਨ ਚੱਕਿਓ ਮੈਨੂੰ, ਕਿ ਮੈਂ ਕਰਦਾ ਵਾਂ ਥੋੜ੍ਹੇ 'ਚ ਨਾ। ਸੋ ਅਲੱਗ ਇਹ ਨਵੀਂ ਬਿਲਡਿੰਗ ਦੀ ਉਸਾਰੀ ਹੋਈ ਹੈ, ਇੱਥੇ ਪ੍ਰੋਪਰ ਸਿਸਟਮੈਟਿਕਲੀ ਸਾਰੀ ਸੇਵਾ ਚੱਲਦੀਆਂ ਨੇ। ਪੇਸ਼ੈਂਟ ਬਾਹਰ ਆਪਣੀ ਧੁੱਪ ਸੇਕ ਸਕਦੇ ਆ ਸਰਦੀਆਂ ਦੇ ਵਿੱਚ, ਗਰਮੀਆਂ ਦੇ ਵਿੱਚ ਇੱਥੇ ਬਹੁਤ ਵਧੀਆ ਮਾਹੌਲ ਹੁੰਦਾ। ਜੇ ਤੁਸੀਂ ਬਾਹਰ ਆ ਕੇ ਦੇਖੋਗੇ, ਅੱਡ ਤਰੀਕੇ ਨਾਲ ਅੱਡ ਵੀਰਾਂ ਨੇ ਸਾਰੀ ਸੇਵਾ ਨਿਭਾਈ ਹੈ, ਸੰਗਤ ਰੂਪ ਦੇ ਵਿੱਚ ਚੱਲ ਰਿਹਾ, ਲੇਕਿਨ ਇੱਥੇ ਬਹੁਤ ਤਰੀਕੇ ਦੀ ਸੇਵਾਵਾਂ ਦੀ ਲਗਾਤਾਰ ਲੋੜ ਹੈ। ਕਿਚਨ ਦੇ ਵਿੱਚ ਸਾਰੀਆਂ ਆਈਟਮਾਂ ਜੋ ਸਾਡੇ ਘਰਾਂ ਦੇ ਵਿੱਚ ਲੱਗਦੀਆਂ, ਲੰਗਰ ਪ੍ਰਸ਼ਾਦੇ ਦੇ ਵਿੱਚ ਲੱਗਦੀਆਂ, ਉਹ ਸਾਰੀਆਂ ਚਾਹੀਦੀਆਂ ਨੇ। ਬਹੁਤ ਵੱਡੇ ਪੈਮਾਨੇ 'ਤੇ ਤੁਹਾਡੀ ਸਾਥ ਦੀ ਲੋੜ ਹੈ, ਸਾਥ ਦੀ ਲੋੜ ਹੈ। ਇੱਥੇ ਬੱਲਬ ਬਹੁਤ ਲੱਗਣੇ, LEDs ਬਹੁਤ ਲੱਗਣੀਆਂ ਨੇ, ਪੱਖੇ ਬਹੁਤ ਲੱਗਣੇ ਨੇ। ਹਾਲੇ ਤਾਂ ਬਹੁਤ ਕੰਮ ਪਿਆ, ਅੰਦਰ ਘੁੱਸਦੇ ਜਾਂਦੇ ਘਰਾਂ ਦੇ ਵਿੱਚ ਕਿੰਨਾ ਕੰਮ ਹੁੰਦਾ, ਉਹ ਸਾਰੇ ਕੰਮ ਪਏ ਨੇ। ਤੁਸੀਂ ਸਾਰੇ ਸੇਵਾਵਾਂ ਦੇ ਵਿੱਚ ਸਾਥ ਨਿਭਾ ਸਕਦੇ ਹੋ। ਸਾਨੂੰ ਤੁਹਾਡੇ ਸਾਥ ਦੀ ਲਗਾਤਾਰ ਲੋੜ ਹੈ ਨਾ। ਲੋਕ ਆਪਣੇ ਆਪਣੇ ਤਰੀਕੇ ਨਾਲ ਸੇਵਾ ਸਹਿਯੋਗ ਲਗਾਤਾਰ ਪਾ ਰਹੇ ਹਾਂ, ਤੁਸੀਂ ਵੀ ਪਲੀਜ਼ ਪਾਓ, ਹੱਥ ਜੋੜ ਕੇ ਬੇਨਤੀਆਂ ਨੇ। ਔਨਲਾਈਨ ਸ਼ੇਅਰ ਦੀ ਵੈਲਿਊ ਜ਼ਰੂਰ ਸਮਝਿਓ, ਹੈ ਨਾ। ਤੁਸੀਂ ਜਿਸ ਮਰਜ਼ੀ ਪਲੇਟਫਾਰਮ 'ਤੇ ਦੇਖ ਰਹੇ ਹੋ, ਚਾਹੇ ਇੰਸਟਾ 'ਤੇ ਲੈ ਕੇ, ਫੇਸਬੁੱਕ ਤੋਂ ਲੈ ਕੇ, ਆਪਣੇ ਸ਼ੇਅਰ ਦੀ ਵੈਲਿਊ ਸਮਝਿਓ। ਤੁਹਾਡੀ ਹਰੇਕ ਸ਼ੇਅਰ, ਉਹ ਦੇਖੋ ਆਕਸੀਜਨ ਕੰਸਨਟ੍ਰੇਟਰ ਲੈਣ ਸਮਾਣੇ ਤੋਂ ਆਏ ਨੇ, ਹੈ ਨਾ, ਕੋਈ ਪਟਿਆਲੇ ਤੋਂ ਆ ਰਿਹਾ, ਕੋਈ ਲੁਧਿਆਣੇ ਤੋਂ ਆ ਰਿਹਾ, ਕਿਸੇ ਛੋਟੇ ਛੋਟੇ ਬੱਚਿਆਂ ਨੂੰ ਮਸ਼ੀਨਾਂ ਦੀ ਲੋੜ ਹੁੰਦੀ ਹੈ, ਬਜ਼ੁਰਗਾਂ ਨੂੰ ਲੋੜ ਹੁੰਦੀ ਹੈ ਜਿਨ੍ਹਾਂ ਦਾ ਲੰਗਸ ਫੇਲੀਅਰ ਹੋ ਜਾਂਦਾ ਹੈ। ਇਸੇ ਲਈ ਕਹਿ ਰਿਹਾ ਪਲੀਜ਼ ਆਪਣੇ ਸ਼ੇਅਰ ਦੀ ਵੈਲਿਊ ਸਮਝੋ। ਪੇਸ਼ੈਂਟ ਇੱਥੇ ਨਾ ਖੁੱਲ੍ਹੀ ਸਪੇਸ ਹੈ, ਪ੍ਰੋਪਰ ਸਿਸਟਮੈਟਿਕਲੀ ਬਣਿਆ ਹੋਇਆ ਹੈ ਐਜ਼ ਪਰ ਦਾ ਨੀਡ ਆਫ ਪੇਸ਼ੈਂਟਸ। ਇੱਥੇ ਪੂਰਾ ਖੁੱਲ੍ਹਾ ਏਰੀਆ ਹੈ, ਇੱਥੇ ਵੀਲਚੇਅਰ ਟ੍ਰੇਨਿੰਗ ਚੱਲ, ਹਾਂ, ਵੀਲਚੇਅਰ ਦੀ ਸੇਵਾ ਚਾਹੀਦੀ ਹੈ। ਸਪਾਈਨਲ ਕੋਡ ਐਕਟਿਵ ਵੀਲਚੇਅਰਸ ਹੁੰਦੀਆਂ, ਉਹਨਾਂ ਦੀ ਵੀ ਸੇਵਾ ਚਾਹੀਦੀ ਹੈ ਲਗਾਤਾਰ। ਆਹ ਵੀਰ ਜੀ ਨੇ ਟਰੈਕਟਰ ਪੂਰਾ ਸਰਵ ਮੈਂਟਰੀ ਨੂੰ ਬਣਾ ਕੇ ਦਿੱਤਾ, ਬਹੁਤ ਸੋਹਣਾ। ਸੋ ਅਲੱਗ ਅਲੱਗ ਤਰੀਕੇ ਨਾਲ ਆਪਾਂ ਪੂਰਾ ਗੇੜਾ ਕੱਢ ਕੇ ਆ ਚੁੱਕੇ ਹਾਂ। ਮੈਂ ਤੁਹਾਨੂੰ ਸਾਈਡ ਤੋਂ ਆ ਕੇ ਮੈਂ ਭੈਣ ਜੀ ਨੂੰ ਕਹਿੰਦਾ ਕਿ ਤੂੰ ਕੈਮਰਾ ਉੱਪਰ ਕਰਕੇ ਦਿਖਾਓ। ਇਹ ਪੂਰਾ ਉੱਪਰ ਵੱਡਾ ਫਿਜ਼ੀਓਥੈਰੇਪੀ ਹਾਲ ਹੈ, ਉੱਪਰ ਉੱਧਰ ਫੀਮੇਲ ਵਾਰਡਸ ਬਣੇ ਹੋਏ ਨੇ, ਹੈ ਨਾ। ਸੋ ਇਹ ਸਾਰੀ ਸੇਵਾਵਾਂ ਲਗਾਤਾਰ ਚੱਲ ਰਹੀਆਂ ਨੇ, ਲੇਕਿਨ ਇਹ ਸ਼ਬਦ ਪਹੁੰਚਾਏਗਾ ਕੌਣ ਪੇਸ਼ੈਂਟ ਤੱਕ? ਤੁਸੀਂ ਪਹੁੰਚਾਓਗੇ। ਇਹ ਤਾਂ ਹੀ ਕਹਿ ਰਿਹਾ ਆਪਣੇ ਸ਼ੇਅਰ ਦੀ ਵੈਲਿਊ ਜ਼ਰੂਰ ਸਮਝਿਓ, ਹੈ ਨਾ। ਜ਼ਿਲ੍ਹਾ ਮੋਹਾਲੀ ਦੇ ਵਿੱਚ ਖੜ੍ਹੇ ਹਾਂ, ਲੋਕ ਪੁੱਛਦੇ ਹੈ ਕਿੱਥੇ, ਕਈਆਂ ਨੂੰ ਨਹੀਂ ਪਤਾ ਹੁੰਦਾ। ਭਾਈ ਸਾਹਿਬ ਜੀ, ਜ਼ਿਲ੍ਹਾ ਮੋਹਾਲੀ ਖਰੜ ਦੇ ਬਿਲਕੁਲ ਨਾਲ ਹੈ, ਹੈ ਨਾ। ਸੋ ਇੱਥੇ ਸੇਵਾ ਜੋ ਚੱਲਦੀ ਹੈ ਟੋਟਲੀ ਫਰੀ ਆਫ ਕੋਸਟ ਚੱਲਦੀ ਹੈ, ਰਹਿਣਾ, ਖਾਣਾ, ਪੀਣਾ, ਟ੍ਰੀਟਮੈਂਟ, ਐਂਬੂਲੈਂਸ, ਦਵਾਈਆਂ ਸਭ ਸੰਗਤ ਵੱਲੋਂ ਕਰਦੀ ਹੈ। ਸੋ ਪਲੀਜ਼ ਜ਼ਰੂਰ ਸਾਥ ਦਿਆ ਕਰੋ। ਇਹ ਫੀਮੇਲ ਵਾਰਡ ਦੇ ਵਿੱਚ ਆਪਾਂ, ਸਤਿ ਸ਼੍ਰੀ ਅਕਾਲ ਭੈਣੇ, ਸਤਿ ਸ਼੍ਰੀ ਅਕਾਲ ਹੈ। ਹਾਂਜੀ ਮਾਤਾ ਜੀ, ਠੀਕ ਹੋ? ਚਲੋ, ਸ਼ੁਕਰ। ਤੁਸੀਂ ਸੁਣਾਓ? ਹਾਂਜੀ, ਪ੍ਰਸ਼ਾਦਾ ਪਾਣੀ ਠੀਕ ਚੱਲ ਰਿਹਾ? ਹੈਂ, ਸ਼ਕਨ ਰਹੀ ਹੋ? ਕਿਆ ਖਾ ਰਹੇ ਹੋ ਅੱਜ? ਰਾਜਮਾ ਬਣੇ ਆ। ਅੱਛਾ, ਵਧੀਆ ਬਣੇ ਕਿ ਮਾੜੇ ਬਣੇ? ਬਹੁਤ ਸੋਹਣੇ ਬਣੇ। ਘਰ ਦੀ ਯਾਦ ਯੂਦ ਵੀ ਆਉਂਦੀ ਹੈ ਕਿ ਨਹੀਂ? ਅੱਖਾਂ ਤੋਂ ਦਿਖਦਾ ਘੱਟ ਹੈ ਨਾ ਮਾਤਾ? ਦਾ ਓਪਰੇਸ਼ਨ ਹਾਰਟ ਦਾ ਹੋ ਚੁੱਕਿਆ ਹੈ ਨਾ, ਲਗਭਗ 9,15,000 ਰੁਪਏ ਚ ਸੰਗਤ ਰੂਪ ਨੇ ਇਕੱਠੇ ਹੋ ਕੇ ਕਰਵਾਇਆ। ਬਟ ਜਲਦੀ ਹੁਣ ਜੋ ਪੋਸਟ ਸਰਜਰੀ ਕੇਅਰ ਸੀਗੀ ਉਹ ਕੰਪਲੀਟ ਹੋਣ ਵਾਲੀ ਹੈ, ਇਸ ਤੋਂ ਬਾਅਦ ਅੱਖਾਂ ਦੇ ਓਪਰੇਸ਼ਨ ਵੱਲ ਵਧਾਂਗੇ ਇਹਨਾਂ ਦੇ, ਹੈ ਨਾ। ਅਤੇ ਦੇਖਦੇ ਡਾਕਟਰ ਕਿਆ ਕਹਿੰਦੇ, ਕਿੰਨੇ ਪਰਸੈਂਟ ਲਾਈਟ ਵਾਪਸ ਆ ਸਕਦੀ ਹੈ, ਕਿੰਨੀ ਵਧਾਈ ਜਾ ਸਕਦੀ ਹੈ, ਮੈਨੂੰ ਨਹੀਂ ਪਤਾ। ਉਹ ਡਾਕਟਰਸ ਜੋ ਹੋਣਗੇ PGI 'ਚ ਉਹ ਦੱਸਣਗੇ ਟੈਸਟ ਤੋਂ ਬਾਅਦ। ਅਮਨ ਭੈਣ ਜੀ, ਠੀਕ ਹੋ? ਹਾਂਜੀ, ਆਪ ਵੀ ਇਹੀ ਭਰੋ, ਮੈਂ ਭੁੱਲ ਗਿਆ ਤਾ, ਹੈ ਨਾ। ਠੀਕ ਚੱਲ ਰਿਹਾ? ਕਦ ਵਾਪਸੀ ਹੈ? ਹਾਂ, 7 ਫਰਵਰੀ ਤੱਕ, ਹੈ ਨਾ। 15 ਦਿਨ ਲਈ ਜਾਣਾ, 20 ਦਿਨ ਲਈ? ਬੈੱਡ ਨਹੀਂ ਖਾਲੀ ਉੱਥੇ, ਤੁਸੀਂ ਦੇਖਿਓ ਫਸੋਗੇ ਪੱਕਾ। ਜਿਵੇਂ ਉਹ ਖਾਨ ਗਿਆ ਨਾ UP ਵਾਲਾ, ਉਹਨੂੰ ਲੱਗ ਰਿਹਾ ਕਿ ਉਹ ਹੋ ਜਾਏਗਾ।
ਬੈੱਡ ਭਰ ਜਾਣੇ ਪੈ ਜੀ, ਮੈਨੂੰ ਪਤਾ ਇਸ ਗੱਲ ਦਾ, ਇਹ ਪਰੇਸ਼ਾਨੀ ਹੋਣੀ। ਹਾਂਜੀ ਹਾਂਜੀ ਬਿਲਕੁਲ ਠੀਕ ਹੈ ਜੀ। ਹਾਂ ਸ਼ਰਾਧਾ ਭੈਣ ਜੀ ਕੈਸੇ ਹੋ, ਅਕੇਲਾ ਫੀਲ ਕਰ ਰਹੇ ਹੋ ਫਿਰ? ਹਾਂ ਕਿਸ ਬਾਤ ਸੇ? ਮੇਰੇ ਮੰਮੀ ਨਹੀਂ, ਕਿਸੀ ਕਾ ਸਾਥ ਮਤ ਨਹੀਂ। ਦੇਖੋ ਸ਼ੇਰ ਸਿੰਘ ਨੇ ਯੂਟਿਊਬ ਪੇ ਇਸੀ ਵਕਤ ਕੋ ਇਸਤੇਮਾਲ ਕੀਆ, ਆਪਨੇ ਨਹੀਂ ਕੀਆ। ਜਬ ਵੋ ਬੈਡ ਪੇ ਥਾ ਤਬ ਵੀ ਵੋ ਕਰ ਰਹਾ ਥਾ, ਵੋ ਬੈਡ ਪੇ ਹੈ ਤਬ ਵੀ ਕਰ ਰਹਾ, ਵੋ ਵ੍ਹੀਲ ਚੇਅਰ ਪੇ ਵੋ ਤਬ ਵੀ ਕਰ ਰਹਾ, ਕੁਛ ਨਹੀਂ ਫਰਕ ਪੜਤਾ ਬੈਡ ਪੇ ਹੋ, ਹੈ ਨਾ। ਹਮਨੇ ਕਿਸੀ ਯਹਾਂ ਪੇ ਦੋਸਤੀਆਂ ਜਾਂ ਸਾਥ ਨਹੀਂ ਪਾਲਣਾ, ਹਮਨੇ ਜ਼ਿੰਦਗੀ ਆਗੇ ਬੜਾਉਣੇ ਆਏ ਹੈ, ਸੋਚਣੇ ਕਾ ਅੰਦਾਜ਼ ਬਦਲਣਾ ਹਮਨੇ, ਇਹ ਬਹੁਤ ਜ਼ਰੂਰੀ ਹੈ। ਠੀਕ ਹੈ, ਉਦਾਸ ਲੱਗ ਰਹੇ ਹੋ, ਉਹ ਚਲੇ ਗਏ ਇਸ ਲਈ? ਹਾਂ ਕੋਈ ਲੋਕ ਤਾਂ ਆਤੇ ਜਾਤੇ ਰਹਿੰਦੇ ਜ਼ਿੰਦਗੀ ਮੇਂ, ਹੈ ਇਹਨਾਂ ਨੇ ਚਲੇ ਜਾਣਾ ਸ਼ਾਮ ਕੋ, ਕੋਈ ਵੀ ਨਹੀਂ। ਦੀਪਿਕਾ ਦੀਦੀ ਆਏ ਕਿਉਂ ਸੁਬਹ 1 ਘੰਟੇ ਕੇ ਲਈ, ਸ਼ਾਮ ਕੋ ਨਹੀਂ ਆਏਗੀ, 1 ਘੰਟੇ ਕੇ ਲਈ ਆਏਗੇ ਵੋ। ਠੀਕ ਹੈ ਭੈਣ ਜੀ, ਠੀਕ ਹੈ। ਸੋ ਅਲੱਗ ਅਲੱਗ ਸੇਵਾਵਾਂ ਲਗਾਤਾਰ ਰਨ ਹੋ ਰਹੀਆਂ ਨੇ, ਤੁਸੀਂ ਆਪਣਾ ਫਰਜ਼ ਜ਼ਰੂਰ ਨਿਭਾਉਂਦੇ ਰਹੋ, ਹੈ ਨਾ। ਉੱਪਰ ਇਹ ਗਰਾਊਂਡ ਫਲੋਰ 'ਤੇ ਆ, ਉੱਪਰਲਾ ਫਲੋਰ ਮੈਂ ਆਪਾਂ ਨੈਕਸਟ ਜਦ ਲਾਈਵ ਜਾਵਾਂਗੇ ਨਾ, ਅਗਲੀ ਵਾਰ ਤੁਹਾਨੂੰ ਮੈਂ ਉੱਪਰ ਵੀ ਲੈ ਕੇ ਚੱਲਾਂਗੇ। 4 ਤਰੀਕ ਨੂੰ ਆਪਾਂ ਲਾਈਵ ਚੱਲਾਂਗੇ, ਜਦ ਮੇਰੀ ਰੋਟੀ ਕਹਾਂ ਹੈ। ਬੜੇ ਖੁਸ਼ ਲੱਗ ਰਹੇ ਹੋ ਜੀ ਅੱਜ, ਹੈਂ। ਇਹ ਮਾਤਾ ਦਾ ਬਹੁਤ ਧੰਨਵਾਦ ਹੈ, ਇਹ ਲਗਾਤਾਰ ਸੇਵਾ ਕਰਦੇ ਨੇ। ਚਲ ਜਾ ਕਰ ਦਿਓ, ਕਰ ਜਾਓ 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 ਜਾਓ। ਸੋ ਸਾਰੇ ਪ੍ਰਸ਼ਾਦਾ ਛੱਕ ਰਹੇ ਨੇ, ਫੀਮੇਲਸ ਔਰ ਮੇਲ ਸਾਰੇ, ਹੈ ਨਾ। ਵਾਹਿਗੁਰੂ 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 ਵਾਹਿਗੁਰੂ। ਹਾਂਜੀ ਇੱਕ ਬਾਰ ਹੱਸ ਕੇ ਦਿਖਾ ਦਿਓ, ਉੱਚਾ ਦੇਖੋ, ਮੈਂ ਦੇਖੋ ਕਿੰਨਾ ਉੱਚਾ ਹੱਸਦਾ, ਉੱਚਾ ਦਾ ਹੈ, ਇੱਧਰ ਹੀ ਹੱਸਦਾ। ਦੇਵੀ ਹੈ ਦੇਖੋ, 1000 ਵਾਟ ਦੀ ਸਮਾਈਲ ਹੈ ਇਹਦੀ, ਹੈ ਨਾ, ਦੇਖ ਕੇ ਖੁਸ਼ ਹੋਏ, ਖੁਸ਼ੀ ਆ ਜਾਂਦੀ ਹੈ। ਚਲੋ ਦੇਖੇ ਕੌਣ ਜ਼ਿਆਦਾ ਉੱਚਾ ਹੱਸਦਾ, ਹਾਂ ਕਿ ਮੈਂ ਕੀ ਤੋਂ, ਹਾਂ ਨਹੀਂ ਮੈਂ ਜ਼ਿਆਦਾ ਉੱਚਾ ਹੱਸਦਾ ਹੂੰ ਨਾ, ਨਹੀਂ ਨਹੀਂ। ਚਲੋ ਐਸਾ ਕਰੋ, ਮੁਝਸੇ ਉੱਚਾ ਹੱਸ ਕੇ ਦਿਖਾਓ, ਹੋਰ ਉੱਚਾ। ਬਹੁਤ ਪਿਆਰੀ ਹੈ, ਹੈ ਨਾ, ਹਿਮਾਚਲ ਤੋਂ ਹੈਗੀ ਹੈ, ਬਿਲਾਸਪੁਰ ਤੋਂ। ਇਸ ਨੂੰ ਠੀਕ ਕਰੋ, ਗਿਰ ਜਾਏਗਾ ਗਿਰ ਜਾਏਗਾ। ਸ਼ਾਬਾਸ਼ ਸ਼ਾਬਾਸ਼, ਕੋਈ ਬਾਤ ਨਹੀਂ। ਆਪਨੇ ਧੰਨਵਾਦ ਨਹੀਂ ਕੀਆ ਨਾ ਦੀਦੀ ਕੋ, ਖਾਣਾ ਦੇਣ ਕੇ ਲਈ ਕੀਆ, ਬੁਲਾ ਕੇ ਕਰੋ ਉਨਕੋ, ਬੋਲੋ ਉਨਕੋ ਧੰਨਵਾਦ। ਦੁਬਾਰਾ ਬੋਲੋ, ਹਾਂ ਹਮਾਰੀ ਜੋ ਸੇਵਾਓਂ ਮੈਂ ਸਹਿਯੋਗ ਕਰ ਰਹੇ ਸਭ ਕੋ ਹਮਨੇ ਧੰਨਵਾਦ ਕਰਤੇ ਰਹਿਣਾ, ਸਭਸੇ ਜ਼ਰੂਰੀ ਹੈ ਯੇ। ਠੀਕ ਹੈ, ਲਵਲੀ ਭੈਣ ਸਾਡੀ ਤਰਨ ਤਾਰਨ ਤੋਂ ਆਈ ਸੀਗੀ, ਹੈ ਨਾ, ਤਰਨ ਤਾਰਨ ਤੋਂ ਆਈ ਸੀ, ਨਿਹੰਗ ਸਿੰਘ ਸੀਗੇ ਤਰਨ ਤਾਰਨ, ਉਹ ਬੇਟੀ ਨੂੰ ਦੇ। ਇੱਥੇ ਲਾਈਟ ਨਹੀਂ ਹੈ, ਮੈਂ ਤੁਹਾਨੂੰ ਕਹਿ ਰਿਹਾ ਨਾ, ਬਲਬਾਂ ਦੀ ਸੇਵਾ ਚਾਹੀਦੀ ਹੈ ਬਹੁਤ ਜ਼ਿਆਦਾ, ਤਕਰੀਬਨ 100-120 ਬਲਬ ਲੱਗਣੇ ਨੇ, ਸ਼ਿਫਟ ਕੀਤੇ ਹੈ ਥੋੜ੍ਹੀ ਬਹੁਤ, ਕਿਆ ਕਾਫੀ ਕਮੀਆਂ ਨੇ, ਛੋਟੀ ਛੋਟੀ ਸੇਵਾਵਾਂ ਚੱਲ ਰਹੀਆਂ ਨੇ। ਖੁਸ਼ਵੰਤ ਆਂਟੀ ਕਿੱਦਾਂ ਹੋ, ਹੈ ਨਾ, ਚਲੋ ਆਜੋ। ਸੋ ਇਹ ਸੇਵਾਵਾਂ ਲਗਾਤਾਰ ਚੱਲ ਰਹੀਆਂ ਨੇ, ਬਹੁਤ ਸਾਰੀ ਸੇਵਾਵਾਂ 'ਚ ਸਾਥ ਚਾਹੀਦਾ, ਲੱਗਣਾ ਹੈ, ਬਹੁਤ ਸਾਰੇ ਰਿਸੋਰਸਿਸ ਘੱਟ ਨੇ ਜੋ ਕਿ ਲਗਾਤਾਰ ਚੱਲ ਰਹੇ ਨੇ।
ਚਲੋ ਐਨੀ ਹਾਓ ਮੈਂ ਨੈਕਸਟ ਟਾਈਮ ਆਪਾਂ 4 ਤਰੀਕ ਨੂੰ ਲਾਈਵ ਚੱਲਾਂਗੇ ਅਤੇ ਉੱਪਰ ਵੀ ਪੂਰਾ ਫਿਜ਼ੀਓਥੈਰੇਪੀ ਹਾਲ ਤੋਂ ਲੈ ਕੇ ਉੱਪਰ ਦੇ ਜੋ ਵਾਰਡਸ ਹੈ ਉੱਥੇ ਵੀ ਗੇੜਾ ਤੁਹਾਡੇ ਨਾਲ ਮਾਰਾਂਗੇ। ਤੁਹਾਨੂੰ ਇਹੀ ਬੇਨਤੀਆਂ ਰਹਿੰਦੀਆਂ, ਹੋਰ ਬਹੁਤ ਸਾਰੀ ਸੇਵਾਵਾਂ, ਚਾਹੇ ਉਹ ਬੱਚਿਆਂ ਦੀ ਫੀਸਾਂ ਭਰੀ ਜਾ ਰਹੀਆਂ ਨੇ ਸਕੂਲਾਂ ਦੇ ਵਿੱਚ, ਹੈ ਨਾ, ਬਹੁਤ ਸਾਰੇ ਸਟੂਡੈਂਟਸ ANM ਤੋਂ ਲੈ ਕੇ GNM ਤੋਂ ਲੈ ਕੇ MBBS ਐਂਡ ਅਦਰ ਬਹੁਤ ਸਾਰੀ ਕੰਸਟਰਕਸ਼ਨ ਸੇਵਾ ਚੱਲ ਰਹੀ ਹੈ। ਇਸ ਟਾਈਮ ਇੱਕ ਘਰ ਲੁਧਿਆਣੇ ਜ਼ਿਲ੍ਹੇ ਦੇ ਵਿੱਚ ਬਣਾਇਆ ਜਾ ਰਿਹਾ, 3.5 ਲੱਖ ਰੁਪਏ ਉਹ ਦਿੱਤੇ ਆ, 1 ਲੱਖ ਰੁਪਏ ਉਹਨੂੰ ਹੋਰ ਦੇ ਕੇ ਆਉਣਾ ਹੈ। ਔਰ ਇੱਕ ਜੈਟਸਿੰਗ ਟਰੱਸਟ ਦੇ ਸਹਿਯੋਗ ਦੇ ਨਾਲ ਸ਼ੁਰੂ ਕਰਨ ਵਾਲੇ ਹਾਂ ਅੰਮ੍ਰਿਤਸਰ ਦੇ ਵਿੱਚ, 7-8 ਤਰੀਕ ਤੱਕ ਉਹ ਸ਼ੁਰੂ ਕਰ ਦਾਂਗੇ। ਸੋ ਇਹ ਸੰਗਤ ਰੂਪ ਦੇ ਵਿੱਚ ਇਕੱਠੇ ਹੋ ਕੇ ਹੋ ਪਾ ਰਿਹਾ ਨਾ ਇਹ। ਤੁਸੀਂ ਆਪਣਾ ਫਰਜ਼ ਜ਼ਰੂਰ ਨਿਭਾਉਂਦੇ ਰਹੋ, ਔਨਲਾਈਨ ਸੇਵਾ ਕਰਦੇ ਰਹੋ। ਫਤਿਹ ਜੀ ਸਾਹਿਬ ਨਾਲ ਵੀਡੀਓ ਕਲੋਜ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।